ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ। ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ। ਕਿਉਂਕਿ ਇੱਕ ਪਾਸੇ ਆਪਾਂ ਮੀਡੀਆ ਦੀ ਕਹਿੰਦੇ ਹਾਂ ਵੀ ਮੀਡੀਆ ਆਜ਼ਾਦ ਆ, ਮੀਡੀਆ ਚੌਥਾ ਥੰਮ ਆ, ਅਤੇ ਅੱਜ ਆਪਾਂ ਮੀਡੀਆ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤਸ਼ੱਦਦ ਨਹੀਂ ਕੀਤਾ, ਉਂਗਲਾਂ ਇੱਦਾਂ ਤੋਰੀਆਂ ਜਿੱਦਾਂ ਜੰਗਲ ਦਾ ਰਾਜ ਹੁੰਦਾ। ਸੋ ਇਹਦਾ ਖੁਦਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ, ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ।